Hi students this is English helpline as you know that we provide training for us but here we have started providing you some valuable lessons on grammar grammar juriya als clear karan de layi te appa hun ki karange ek 1 minute de vich vich clauses samjange and then phir appa jehde karange different type of sentence jime ke simple compound and complex sentence so let's begin ਕਲੋਜ਼ ਕੀ ਹੁੰਦੀ ਹੈ मीनिंगफुल ਕੰਬੀਨੇਸ਼ਨ ਆਫ ਵਰਡਸ ਐਜ਼ ਇਟ ਕੈਨ ਅਲੋਨ ਐਕਸਪ੍ਰੈਸ ਅ ਕੰਪਲੀਟ ਥਾਟ ਥੋੜਾ ਜਿਹਾ ਕੰਪਲੈਕਸ ਹੋ ਗਿਆ ਹੈ ਸਿੰਪਲ ਕਰ ਦਿੰਨੇ ਆ ਇੱਕ ਕਲੋਜ਼ ਕੈਨ ਬੀ ਅ ਸਿੰਪਲ ਸੈਂਟੈਂਸ ਥੈਟ ਕੰਟੇਨਸ ਅ ਸਬਜੈਕਟ ਐਜ਼ ਵੈਲ ਐਸ ਅ ਵਰਬ ਕੋਈ ਵੀ ਸਿੰਪਲ ਸੈਂਟੈਂਸ ਜਿਹਦੇ ਵਿੱਚ ਇੱਕ ਸਬਜੈਕਟ ਐਂਡ ਵਰਬ ਹੋਵੇ ਉਹਨੂੰ ਕਲੋਜ਼ ਕਹੇ ਦਿੱਤਾ ਜਾਂਦਾ ਵਾ ਜਿਵੇਂ ਕਿ ਹੀ టీਚਸ ਇੰਗਲਿਸ਼ ਦੇ ਪਲੇ ਕ੍ਰਿਕਟ ਕੰਪਲੀਟ ਹੈ ਸੈਂਟੈਂਸਸ ਨੇ ਤਾਂ ਇਹਨੂੰ ਕਲੋਜ਼ ਕਹੇ ਦਿੱਤਾ ਜਾਂਦਾ ਵਾ موਵਿੰਗ ਨੈਕਸਟ ਕਲੋਜ਼ ਦੀਆਂ ਕਿਸਮਾਂ ਫਸਟ ਵਨ ਇਜ਼ ਪ੍ਰਿੰਸੀਪਲ ਕਲੋਜ਼ ਜਾਂ ਫਿਰ ਮੇਨ ਕਲੋਜ਼ ਜਾਂ ਫਿਰ ਇੰਡੀਪੈਂਡੈਂਟ ਕਲੋਜ਼ ਅਨਦਰ ਵਨ ਇਜ਼ ਸਬੋਡੀਨੇਟ অর ਡਿਪੈਂਡੈਂਟ ਕਲੋਜ਼ ਦ ਪ੍ਰਿੰਸੀਪਲ ਕਲੋਜ਼ ਦੀ ਕੀ ਡੈਫੀਨੇਸ਼ਨ ਆ ਵਿਚ ਐਕਸਪ੍ਰੈਸਸਸ ਅ ਕੰਪਲੀਟ ਮੀਨਿੰਗ ਜਿਹਹੀ ਕਲੋਜ਼ ਜਿਹੜੀ ਕੰਪਲੀਟ ਮੀਨਿੰਗ ਜਿਹੜੀ ਐਕਸਪ੍ਰੈਸ ਕਰ ਦਿੰਦੀ ਆ ਉਹਨੂੰ ਪ੍ਰਿੰਸੀਪਲ ਕਲੋਜ਼ ਕਹਾਇਆ ਜਾਂਦਾ ਵਾ ਜਿਵੇਂ ਕਿ ਉਹੀ ਮੈਟਾ ਮੈਨ ਅਸੀਂ ਇੱਕ ਬੰਦੇ ਨੂੰ ਮਿਲੇ ਕੰਪਲੀਟ ਥਾਟ ਆ ਗੱਲ ਖਤਮ ਕੀ ਅਸੀਂ ਕਿਸੇ ਪਰਸਨ ਨੂੰ ਮਿਲੇ ਤਾਂ ਗੱਲ ਖਤਮ subordinate clause jo hai cannot express a complete meaning ekalle taur te ek complete meaning nahi express kar payegi subordinate clause kehta janda va jimm ki who could speak many languages jo ke kaafi languages bol sakda si ta question create hoega theek hai fir apan dassna payega ke kaun si jadon inna dono sentence nu tusi combine karde ho ge ke the very meta man who could speak many languages ਤਾਇਕ ਕੰਪਲੀਟ ਸੈਂਟੈਂਸ ਬਣ ਜਾਏਗਾ ਤਾਂ ਹੀ ਜਿਹੜਾ ਵਾ ਸੈਂਟੈਂਸ ਸਬੋਡੀਨੇਟ ਆ ਕਲੋਜ਼ ਆ ਉਹਦਾ ਕੁਝ मीनिंग ਬਣੇਗਾ ਆਦਰਵਾਈਜ਼ ਨਹੀਂ ਨੈਕਸਟ ਕੁਝ ਐਗਜ਼ੈਪਲਸ ਨੇ ਇਹਨਾਂ ਨੂੰ ਹੋਰ ਸਮਝਣ ਦੇ ਲਈ ਹੁਣ ਜਿਹੜਾ ਬਲੂ ਕਲਰ ਦੇ ਵਿੱਚ ਆ ਉਹ ਪ੍ਰਿੰਸੀਪਲ ਜਾਂ ਮੇਨ ਕਲੋਜ਼ ਆ ਸਬੋਡੀਨੇਟ ਇਹਦੇ ਵੀ ਕੁਝ ਐਗਜ਼ੈਪਲਸ ਨੇ ਇਹ ਤੁਸੀਂ ਪੜ ਲੜੇ ਨੇ ਪੂਰੀ ਟਾਈਮ ਦੇ ਵਿੱਚ ਥੈਂਕ ਯੂ ਵੈਰੀ ਮੱਚ ਹੁਣ ਕਿਉਂਕਿ ਆਪਾਂ ਕਲੋਜ਼ਸ ਕਰ ਚੁੱਕੇ ਆ ਸੋ ਸੈਂਟੈਂਸ ਸਟਰਕਚਰ ਜਿਹੜੇ ਨੇ ਉਹ ਸਮਝਨੇ ਈਜ਼ੀ ਹੋ ਜਾਣਗੇ ਤੁਹਾਨੂੰ ਡਿਫਰੈਂਟ ਟਾਈਪ ਆਫ ਸੈਂਟੈਂਸਸ ਹੁਣ ਕਿੰਨੇ ਟਾਈਪ ਦੇ ਸੈਂਟੈਂਸਸ ਹੁੰਦੇ ਨੇ ਇਹ ਸਿੰਪਲ ਕੰਪਾਊਂਡ ਕੰਪਲੈਕਸ ਐਂਡ ਕੰਪਲੈਕਸ ਕੰਪਾਊਂਡ ਸੈਂਟੈਂਸ ਸਿੰਪਲ ਸੈਂਟੈਂਸ ਕੀ ਆ ਸਿੰਪਲ ਸੈਂਟੈਂਸ ਕੰਟੇਨਸ ਓਨਲੀ ਵਨ ਇੰਡੀਪੈਂਡੈਂਟ ਕਲਾਜ਼ ਇੰਡੀਪੈਂਡੈਂਟ ਕਲਾਜ਼ ਆਪਾਂ ਸਮਝੀ ਸੀ ਕਿ ਇੱਕ ਸਿੰਪਲ ਸੈਂਟੈਂਸ ਹੁੰਦਾ ਵਾ ਓਕੇ ਸੇਮ ਆਈ ਲਾਈਕ ਇੰਗਲਿਸ਼ ਆਲ ਪਲਾਨ ਇੰਸਟੀਚੂਟ ਮੈਨੂੰ ਇੰਗਲਿਸ਼ ਹਲਪਲੇ ਸਟੱਡੀ ਪਸੰਦ ਹੈ ਤਾਂ ਇੱਕ ਕੰਪਲੀਟ ਥਾਟ ਆ ਓਕੇ ਨੈਕਸਟ ਜਿੱਦਾਂ ਇਹਦੇ ਸੈਂਟੈਂਸਸ ਆਪਾਂ ਲਿਖਣੇ ਹੁੰਦੇ ਨੇ ਆਇਲਸ ਦੀ ਰਾਈਟਿੰਗ ਦੇ ਵਿੱਚ ਕਲਾਈਮੇਟ ਚੇਂਜ ਹੈਜ਼ ਬਿਕਮ ਦਾ ਮੇਜਰ ਥ੍ਰੈਟ ਫਾਰ ਮੈਨਕਾਈਂਡ ਟੂਡੇ ਨੈਕਸਟ ਕੰਪਾਊਂਡ ਸੈਂਟੈਂਸ ਇਹਦੇ ਵਿੱਚ ਕੀ ਹੁੰਦਾ ਵਾ ਦੋ ਜਾਂ ਦੋ ਤੋਂ ਵੱਧ ਇੰਡੀਪੈਂਡੈਂਟ ਕਲੋਜ਼ਸ ਲੱਗਦੀਆਂ ਨੇ ਇਹਨੇ ਕੰਪਾਊਂਡ ਸੈਂਟੈਂਸ ਵਿਚ ਆਰ ਕਨੈਕਟਿਡ ਬਾਈ ਅ ਕੋਆਰਡੀਨੇਟਿੰਗ ਕਨਜੰਕਸ਼ਨ ਇਹਦੇ ਵਿੱਚ ਕਨਜੰਕਸ਼ਨ ਲੱਗਣਾ ਹੁੰਦਾ ਫਿਰ ਦੋ ਸੈਂਟੈਂਸਸ ਨੂੰ ਆਪਸ ਵਿੱਚ ਕੰਬਾਈਨ ਕਰਨ ਦੇ ਲਈ i love english shallpine and it is the best institute menu english shallpine nal bahut pyar ate e best institute hai dono jehdiya clauses ne independent ne alag alag kar doge ta dono da koi ek complete meaning express ho reha va kuch conjunctions ne coordinating jinna de base te asi identify kar as sakde ho ke compound sentence aa ya keda sentence aa jinna nu ke easy karan de layi fan boys kehta janda va father went to work but his son went to the party and his daughter went home simple sentence ne har ek sentence joda green color de vich hai apne aap de vich complete thought express kar rya ba i am very smart yet i do not enjoy school mai bahut smart ha phir bhi mai school nahi enjoy karda ta eh bhi ek complete thought hai dono sentences di aap soch okay next coordinate conjunction de phir apna kuch jada ino explain karan di koshish kiti hai for explain ਰੀਜ਼ਨ ਔਰ ਪਰਪਸ ਜਿਵੇਂ ਕਿ ਗਵਰਨਮੈਂਟ ਹੈਜ਼ ਕੰਸਟਰਕਟਡ ਅ ਨਿਊ ਹਾਲ ਇੱਕ ਨਵਾਂ ਹਾਲ ਗਵਰਨਮੈਂਟ ਨੇ ਜਿਹੜਾ ਕੰਸਟਰਕਟ ਕੀਤਾ ਵਾ ਫੋਰ ਇਟ ਵਾਸ ਨੀਡਡ ਟੂ ਮੇਕ ਅ ਲਾਇਬ੍ਰੇਰੀ ਫੋਰ ਮਤਲਬ ਕਿ ਬਿਕਾਜ਼ ਬਿਕਾਜ਼ ਇਟ ਵਾਸ ਨੀਡਡ ਟੂ ਮੇਕ ਅ ਲਾਇਬ੍ਰੇਰੀ ਨੈਕਸਟ ਐਂਡ ਐਡਸ ਵਨ ਥਿੰਗ ਟੂ ਅਨਦਰ ਸਿੰਪਲ ਐਂਡ ਬਹੁਤ ਵਾਰ ਆਪਾਂ ਯੂਜ਼ ਕਰ ਲੈਂਦੇ ਆ ਤਾਂ ਇਸ ਤਰ੍ਹਾਂ ਤੁਸੀਂ ਇਹਦੀ ਐਗਜ਼ਾਮਪਲਸ ਪੜ੍ਹ ਲੈਣੀਆਂ ਨੇ ਨੋਰ ਪ੍ਰੈਜੈਂਟਸ ਅਨਦਰ ਨੈਗੇਟਿਵ ਆਈਡੀਆ ਇੱਕ ਹੋਰ ਨੈਗੇਟਿਵ ਆਈਡੀਆ ਆਪਾਂ ਐਡ ਕਰ ਰਹੇ ਆ ਪਹਿਲਾਂ ਵਾਲੇ ਨੈਗੇਟਿਵ ਦੇ ਵਿੱਚ ਦ ਚਿਲड्रन ਡੂ ਨਾਟ ਆਸਕ ਫਾਰ ਇਨਕਰੀਮੈਂਟਸ ਨੋਰ ਦੇ ਬਿਹੇਵ ਵਾਇਓਲੈਂਟਲੀ ਬਟ ਸ਼ੋਜ਼ ਕੰਟਰਾਸਟ ਡਿਫਰੈਂਸ ਜਦੋਂ ਆਪਾਂ ਉਲਟ ਗੱਲ ਕਰਨੀ ਹੋਵੇ ਕੋਈ ਵੀ ਗਵਰਨਮੈਂਟ ਸਪੈਂਟ ਲਾਰਜ ਫੰਡਸ ਫਾਰ ਮੇਕਿੰਗ ਦਾ ਗਾਰਡਨ ਬਟ ਪੀਪਲ ਡਿਡ ਨਾਟ ਟੇਕ ਕੇਅਰ ਆਫ ਇਟ ਔਰ ਗਵਰਨਮੈਂਟ ਕੈਨ ਮੇਕ ਦਾ ਰੋਡਸ ਵਾਈਡਰ ਔਰ ਫਲਾਈਓਵਰਸ ਕੈਨ ਬੀ ਕੰਸਟਰਕਟਡ ਐਟ selected areas ਜਿੱਤੇ ਕੋਈ ਅਲਟਰਨੇਟਿਵ ਆਪਾਂ ਜਾਂ ਕੋਈ ਹੋਰ ਚੁਆਇਸ ਜਿਹੜੀ ਆ ਉਹ ਦੇਣੀ ਹੋਵੇ ਯੈਟ ਇੰਟਰੋਡਿਊਸਰਸ ਆ ਕੰਟਰਾਸਟਿੰਗ ਆਈਡੀਆ दैट ਫਾਲੋਸ ਦਾ ਪ੍ਰੀਸੀਡਿੰਗ ਆਈਡੀਆ ਲੌਜੀਕਲੀ ਜਿਵੇਂ ਕਿ ਮੋਸਟ ਪੀਪਲ ਆਰ ਅਵੇਅਰ ਆਫ ਵਾਟਰ ਸ਼ਾਰਟੇਜ ਯੈਟ ਦੇ ਡੂ ਨੋਟ ਸੇਵ ਇਟ ਨੈਕਸਟ ਸੋ ਇੰਡੀਕੇਟਸ ਇਫੈਕਟ ਰਿਜ਼ਲਟ অর ਕਨਸੀਕੁਐਂਸ ਇਸ ਯੂਜ਼ ਨਹੀਂ ਹੋਏਗਾ ਤੁਹਾਡੀ ਰਾਈਟਿੰਗ ਦੇ ਵਿੱਚ ਇਟ ਸਾਊਂਡਸ ਇਨਫਾਰਮਲ ਸੋ ਵੀ ਊਡ ਨੋਟ ਯੂਜ਼ ਇਟ ਇਨ ਰਾਈਟਿੰਗ ਫਾਰਮਲ 에ਸੇ ਨੈਕਸਟ ਕੰਪਲੈਕਸ ਸੈਂਟੈਂਸ ਹੁੰਦਾ ਵਾ ਜਿੱਥੇ ਕਿ ਇੱਕ ਇੰਡੀਪੈਂਡੈਂਟ ਕਲੋਜ਼ ਹੋਵੇ ਤੇ ਇੱਕ ਜਾਂ ਇੱਕ ਤੋਂ ਵੱਧ ਸਬੋਡੀਨੇਟ ਕਲੋਜ਼ਸ ਹੋ ਜਾਣ ਇਹਨਾਂ ਨੂੰ ਜਿਹੜਾ ਕੰਬਾਈਨ ਕਰਨ ਦੇ ਲਈ ਸਬੋਡੀਨੇਟਿੰਗ ਕਨਜੰਕਸ਼ਨਸ ਲੱਗਦੇ ਨੇ ਜਿਵੇਂ ਕਿ ਬਿਕਾਜ਼ ਬਿਕਾਜ਼ ਆਈ ਵਾਂਟਡ ਟੂ ਲਰਨ ਇੰਗਲਿਸ਼ ਕਿਉਂਕਿ ਮੈਂ ਇੰਗਲਿਸ਼ ਸਿੱਖਣੀ ਚਾਹੁੰਦਾ ਸੀ ਤਾਂ ਇੱਥੇ ਕੁਐਸਚਨ ਕ੍ਰिएट ਹੁੰਦਾ ਵਾ ਕਿ ਹਾਂ ਫਿਰ ਕੀ ਕੀਤਾ ਤਾਂ ਇਹ ਜਿਹੜਾ ਇੰਗਲਿਸ਼ ਤੱਕ ਦਾ ਜਿਹੜਾ ਇਹ ਸੈਂਟੈਂਸ ਆ ਇਹ ਸਬੋਡੀਨੇਟ ਕਲੋਜ਼ ਆ ਤਾਂ ਪ੍ਰਿੰਸੀਪਲ ਕਲੋਜ਼ ਆਪਣੀ ਲੱਗ ਗਈ ਆ ਕਿ ਆਈ ਜੁਆਇੰਡ ਇੰਗਲਿਸ਼ ਹੈਲਪਲਾਈ ਮੈਂ ਇੰਗਲਿਸ਼ ਹੈਲਪ ਕੰਪਲੀਟ ਆ ਹੈ ਦੋਨੇ ਜਦੋਂ ਕੰਬਾਈਨ ਹੋ ਜਾਂਦੇ ਆ ਬਿਕੋਜ਼ ਦੇ ਨਾਲ ਤਾਂ ਇਹ ਇੱਕ ਕੰਪਲੈਕਸ ਸੈਂਟੈਂਸ ਬਣ ਗਿਆ ਜੀ ਤਾਂ ਕੁਝ ਕਾਮਨ ਜਿਹੜੇ ਸਬੋਡੀਨੇਟਿਡ ਕਨਜੰਕਸ਼ਨ ਆਪਾਂ ਯੂਜ਼ ਕਰਦੇ ਆ ਹੈਗਾ ਦੋ ਐਜ਼ ਆਲਥੋ ਈਵਨਥੋ ਬਿਕੋਜ਼ ਵਾਈਲ ਸਿንስ ਇਫ ਇਹ ਕੁਛ ਜਿਹੜੇ ਕਾਮਨ ਯੂਜ਼ ਹੁੰਦੇ ਨੇ ਆਲਸਟ ਵਿੱਚ ਹੁਣ ਇਹ ਕਨਜੰਕਸ਼ਨ ਸਿንስ ਐਕਸਪਲੇਨ ਰੀਜ਼ਨ ਸਿንስ ਗਵਰਨਮੈਂਟ ਚਾਰजेस ਐਕਸਟਰਾ ਟੈਕਸ ਕਿਉਂਕਿ ਗਵਰਨਮੈਂਟ ਜਿਹੜੀ ਆ ਐਕਸਟਰਾ ਟੈਕਸ ਚਾਰਜ ਕਰਦੀ ਆ ਪ੍ਰਾਈਸ ਆਫ ਫਿਊਲ ਇਜ਼ ਸੋ ਹਾਈ ਸਿንስ ਤੇ ਬਿਕੋਜ਼ ਜਿਹੜਾ ਵਾ ਸੇਮ ਹੀ ਕਹਿ ਸਕਦੇ ਤੁਸੀਂ ਇਫ ਇਫ ਐਕਸਪਲੇਨਿੰਗ ਕੰਡੀਸ਼ਨ ਰਿਕੁਆਇਰਮੈਂਟ অর ਨੀਡ ਤਾਂ ਇਹਦਾ ਐਗਜ਼ਾਮਪਲ ਆ ਕਿ ਇਫ ਦਾ ਗਵਰਨਮੈਂਟ ਪ੍ਰੋਵਾਈਡ ਸਬਸਿਡੀਜ਼ ਪੀਪਲ ਵਿਲ ਸਟਾਰਟ ਯੂਜ਼ਿੰਗ ਸੋਲਰ ਪਾਵਰ ਜੇਕਰ ਗਵਰਨਮੈਂਟ ਪ੍ਰੋਵਾਈਡ ਕਰੇ ਸਬਸਿਡੀਜ਼ ਤਾਂ ਲੋਕੀ ਸਟਾਰਟ ਕਰ ਸਕਦੇ ਆ ਸੋਲਰ ਪਾਵਰ ਨੂੰ ਸਟਾਰਟ ਕਰਨਗੇ ਨੈਕਸਟ ਆਲਦੋ ਦੋ ਇਵਨ ਦੋ ਸੇਮ ਹੀ ਹੁੰਦੇ ਨੇ ਸ਼ੋਜ਼ ਕੰਟਰਾਸਟਿੰਗ ਕੰਡੀਸ਼ਨਸ ਲਾਈਕ ਹਾਊਐਵਰ ਆਲਦੋ ਦਾ ਗਵਰਨਮੈਂਟ ਇਜ਼ ਰੈਡੀ ਭਾਵੇਂ ਗਵਰਨਮੈਂਟ ਜਿਹੜੀ ਰੈਡੀ ਆ ਪੀਪਲ ਡੂ ਨਾਟ ਯੂਜ਼ ਦਾ ਸੋਲਰ ਪਾਵਰ એનર્ਜੀ ਨੈਕਸਟ ਕੰਪਲੈਕਸ ਕੰਪਾਊਂਡ ਇਹ ਨੇਮ ਤੋਂ ਹੀ ਪਤਾ ਲੱਗ ਰਿਹਾ ਕਿ ਕੰਬੀਨੇਸ਼ਨ ਆ ਕੰਪਲੈਕਸ ਐਂਡ ਕੰਪਾਊਂਡ ਸੈਂਟੈਂਸਸ ਦਾ ਤਾਂ ਇਹਦੇ ਵਿੱਚ ਦੋ ਇੰਡੀਪੈਂਡੈਂਟ ਕਲੌਜ਼ ਹੋਣਗੀਆਂ ਤੇ ਘੱਟੋ ਘੱਟ ਇੱਕ ਸਬੋਰਡੀਨੇਟ ਕਲੌਜ਼ ਹੋਏਗੀ ਹੀ ਹੋਏਗੀ ਐਗਜ਼ਾਮਪਲ ਆ ਆਈ ਟੇਕ ਕਲਾਸਸ ਐਟ ਇੰਗਲਿਸ਼ ਹੈਲਪਲਾਈਨ ਐਂਡ ਮਾਈ ਬ੍ਰਦਰ ਜੁਆਇੰਡ ਮੀ ਇਹ ਦੋਨੇ ਆਪਸ ਵਿੱਚ ਜਿਹੜੀਆਂ ਨੇ ਇੰਡੀਪੈਂਡੈਂਟ ਕਲੌਜ਼ਸ ਨੇ ਇਹ ਅਲੱਗ-ਅਲੱਗ ਜੇਕਰ ਐਂਡ ਤੋਂ ਇਧਰ ਰਾਈਟ ਤੇ ਲੈਫਟ ਦੇਖੀਏ ਹੇਟਾ ਵਾਲਾ ਜਿਹੜਾ ਸੈਂਟੈਂਸ ਆ ਫਿਰ ਨਾਲ ਆਪਾਂ ਲਗਾ ਰਹੇ ਹਾਂ ਬਿਕੋਜ਼ ਲਗਾ ਕੇ ਬਿਕੋਜ਼ ਵੀ ਬੋਥ ਵਾਂਟ ਟੂ ਲਰਨ ਇੰਗਲਿਸ਼ ਇਹ ਸਬੋਰਡੀਨੇਟ ਕਲੌਜ਼ ਆ ਕਿਉਂਕਿ ਅਸੀਂ ਦੋਨੇ ਇੰਗਲਿਸ਼ ਸਿੱਖਣਾ ਚਾਹੁੰਦੇ ਆ ਤਾਂ ਸਵਾਲ ਪੈਦਾ ਹੁੰਦਾ ਕਿ ਫਿਰ ਕੀ ਕੀਤਾ ਆਈ ਟੇਕ ਕਲਾਸਿਸ ਐਟ ਇੰਗਲਿਸ਼ ਹੈਲਪਲਾਈਨ ਮੈਂ ਕਲਾਸਿਸ ਲੈ ਰਿਹਾ ਹਾਂ ਜਾਂ ਲੈਂਦਾ ਹਾਂ ਇੰਗਲਿਸ਼ ਹੈਲਪਲਾਈਨ ਦੇ ਵਿੱਚ and my brother joined me ਤੇ ਮੇਰੇ ਬ੍ਰਦਰ ਨੇ ਮੈਨੂੰ ਜੁਆਇਨ ਕੀਤਾ ਹੁਣ ਇੱਥੇ ਕੰਪਾਊਂਡ ਐਂਡ ਕੰਪਲੈਕਸ ਸੈਂਟੈਂਸ ਦੇ ਵਿੱਚ ਡਿਫਰੈਂਸ ਕੀ ਹੋਏਗਾ ਇਹ ਕੰਪਾਊਂਡ ਸੈਂਟੈਂਸ ਆ ਕਿ ਹੀ ਫੇਲਡ ਇਨ ਹਿਸ ਫਸਟ ਅਟੈਂਪਟ ਐਂਡ ਹੀ ਨੈਵਰ ਟ੍ਰਾਈਡ ਅਗੇਨ ਹੀ ਫੇਲਡ ਇਨ ਹਿਸ ਫਸਟ ਅਟੈਂਪਟ ਕੰਪਲੀਟ ਥਾਟ ਆ ਹੀ ਨੈਵਰ ਟ੍ਰਾਈਡ ਅਗੇਨ ਉਹਨੇ ਫਿਰ ਤੋਂ ਟਰਾਈ ਨਹੀਂ ਕੀਤਾ ਵੀ ਕੰਪਲੀਟ ਥਾਟ ਆ ਐਂਡ ਲੱਗ ਗਿਆ ਵਿੱਚ ਤਾਂ ਇਹ compound sentence ਬਣ ਗਿਆ ਹੁਣ ਐਂਡ ਨੂੰ ਤੁਸੀਂ ਭੁੱਲਣਾ ਨਹੀਂ ਹੈਗਾ ਇਹ ਉਹੀ ਹੈ ਜਿਹੜਾ ਆਪਾਂ ਫੈਨ ਬੋਇਸ ਵਾਲੇ ਕੁਝ ਕਨਜੰਕਸ਼ਨਸ ਕਰੇ ਸੀਗੇ ਪੜ੍ਹੇ ਸੀਗੇ ਹੁਣ ਇਸੇ ਦਾ ਜੇਕਰ ਤੁਸੀਂ ਕੰਪਲੈਕਸ ਬਣਾਉਣਾ बिकॉज ਹੀ ਫੇਲਡ ਇਨ ਹਿਸ ਫਸਟ ਅਟੈਂਪਟ ਹੀ ਨੇਵਰ ਟਰਾਇਡ ਅਗੇਨ ਕਿਉਂਕਿ ਉਹ ਆਪਣੀ ਪਹਿਲੀ ਅਟੈਂਪਟ ਦੇ ਵਿੱਚ ਫੇਲ ਹੋ ਗਿਆ ਸੀ ਤਾਂ ਫਿਰ ਕੁਐਸਚਨ ਹੁੰਦਾ ਕਿ ਫਿਰ ਕੀ ਕੀਤਾ ਉਹਨੇ ਹੀ ਨੇਵਰ ਟਰਾਇਡ ਅਗੇਨ ਫਿਰ ਅੱਗੇ ਇੱਕ ਹੋਰ ਕੰਪਾਊਂਡ ਸੈਂਟੈਂਸ ਆ ਕਿ ਆਈ ਵਾਜ਼ ਅਪਸੈਟ ਮੈਂ ਅਪਸੈਟ ਸੀ ਬਟ ਆਈ ਡਿਡ ਨੋਟ ਲਾਸ ਥੀ ਹਾਰਟ ਫਿਰ ਵੀ ਮੈਂ ਦਿਲ ਨਹੀਂ ਜਿਹੜਾ ਛੱਡਿਆ ਈਵਨ ਥੋ I was upset ਭਾਵੇਂ ਕਿਵੇਂ ਅਪਸੈਟ ਸੀ ਤਾਂ ਫਿਰ ਕੁਐਸਚਨ ਹੋਏਗਾ ਕਿ ਹਾਂ ਫਿਰ ਕੀ ਕੀਤਾ I did not lose the heart ਅੱਗੇ ਕੁਝ ਐਕਸਰਸਾਈਜ਼ ਨੇ ਤੁਹਾਡੇ ਲਈ ਤਿੰਨ ਕੁਐਸਚਨ ਨੇ ਇਹ ਪਹਿਲਾ ਕੁਐਸਚਨ ਦੇਖੋ ਜਿਸ ਆਪਾਂ ਇੱਕ ਤਾਂ ਕੁਐਸਚਨ ਕੀਤਾ ਹੈ ਕਿ ਇਜ਼ ਇਟ ਕੰਪਲੈਕਸ অর ਕੰਪਾਊਂਡ ਸੈਂਟੈਂਸ ਹੁਣ ਤੁਸੀਂ ਇਹਦੇ ਜਿਹੜਾ ਵਿਚਾਰ ਕਨਜੰਕਸ਼ਨ ਲੱਗਿਆ ਬਟ ਉਹਨੂੰ ਦੇਖ ਕੇ ਪਛਾਣ ਸਕਦੇ ਆਂ use one of these conjunctions to change the type of sentences ten sentences a ne agge teen a ne six sentences ne total in change karan di koshish kardi ha ta ek jede different type of sentences ne last thank you very much for watching the video koi suggestion hai ya kuch nahi clear ho reha ta oh tusi sanu das sakde ho comment section de vich bhi ja fir sade whatsapp number te jeda ke hega 9465024000 ਇਹ ਤੇ ਤੁਸੀਂ ਦੱਸ ਸਕਦੇ ਹੋ ਥੈਂਕ ਯੂ ਵੈਰੀ ਮੱਚ ਥੈਂਕ